ਮੈਮੋਗ੍ਰਾਫੀ ਮਸ਼ੀਨ ਆ, ਠੀਕ ਆ। ਇਸ ਤੋਂ ਇਹਦੇ ਨਾਲ ਅਸੀਂ ਮੈਮੋਗ੍ਰਾਫੀ ਕਰਦੇ ਹਾਂ, ਠੀਕ ਆ। ਇਹਦੇ ਵਿੱਚ ਜਿਹੜੀ ਆ ਹਰ ਲੇਡੀ 40 ਈਅਰ ਅਬਵ ਆ ਉਹਦਾ ਟੈਸਟ ਕੀਤਾ ਜਾਂਦਾ ਆ। ਬ੍ਰੈਸਟ ਕੈਂਸਰ ਨੂੰ ਡਿਟੈਕਟ ਕਰਦੇ ਆ 0 ਸਟੇਜ ਦੇ ਉੱਪਰ, ਠੀਕ ਆ। ਇਹ ਅਪਰੇਟ ਹੁੰਦੀ ਅਪ ਡਾਊਨ ਹੋ ਜਾਂਦੀ ਆ, ਰੋਟੇਟ ਹੋ ਜਾਂਦੀ ਆ ਰਾਈਟ ਔਰ ਲੈਫਟ ਸਾਈਡ ਨੂੰ। ਅਕੋਰਡਿੰਗ ਟੂ ਪੇਸ਼ੈਂਟ ਹਾਈਟ ਅਸੀਂ ਇਹਨੂੰ ਐਡਜਸਟ ਕਰ ਸਕਦੇ ਹਾਂ। ਇਹਦੇ ਵਿੱਚ ਦੋ ਅਸੀਂ ਐਗਜ਼ਾ ਸਾਈਡ ਲੈਂਦੇ ਹਾਂ, ਦੋ ਫਰੰਟ ਵਿਊ ਲੈਂਦੇ ਹਾਂ। ਫਿਰ ਇਸ ਦੀ ਜਿਹੜੀ ਮੈਮੋਗ੍ਰਾਫੀ ਦੀ ਰਿਪੋਰਟ ਆ ਉਹ ਅਸੀਂ 10 to 15 ਡੇਜ਼ ਬਾਅਦ ਦਿੰਦੇ ਹਾਂ। ਅੱਜ ਅਸੀਂ ਨੂਰ ਮਹਿਲ ਤੋਂ 2.5 ਕਿਲੋਮੀਟਰ ਦੀ ਦੂਰੀ ਦੇ ਪਿੰਡ ਜੋੜੇ ਉੱਪਲਾਂ ਦੇ ਵਿੱਚ ਰੋਕੋ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ ਹੈ। ਸੋ ਅੱਜ 14, 11, 13 ਦਿਨ ਵੀਰਵਾਰ ਪਿੰਡ ਉੱਪਲ ਜ਼ਗੀਰ ਦੇ ਵਿੱਚ ਪਹੁੰਚੇ ਹਾਂ। ਸੋ ਆਓ ਆਪਾਂ ਕੁਝ ਭਗਵੰਤ ਦੇ ਵੀਰਾਂ ਦੇ ਨਾਲ ਇਸ ਚੈੱਕਅਪ ਬਾਰੇ ਪੁੱਛਦੇ ਹਾਂ। ਹੁਣ ਅਸੀਂ ਰੋਕੋ ਕੈਂਸਰ ਚੈੱਕਅਪ ਕੈਂਪ ਦੇ ਵਿੱਚ ਪਹੁੰਚੇ ਹਾਂ। ਸੋ ਆਓ ਪਿੰਡ ਵਾਸੀਆਂ ਤੋਂ ਅਸੀਂ ਪੁੱਛਦੇ ਹਾਂ ਕਿ ਇਸ ਕੈਂਪ ਤੋਂ ਤੁਹਾਨੂੰ ਕੀ ਲਾਭ ਹੈ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜਿਸ ਨੇ ਅੱਜ ਇਹ ਕੈਂਪ ਲਗਾਇਆ, ਪਿਆਰਾ ਸਿੰਘ ਉੱਪਲ ਜ਼ੂਕੇ। ਸੋ ਪਿਆਰਾ ਸਿੰਘ ਜੀ, ਤੁਸੀਂ ਇਹ ਦੱਸੋ ਕਿ ਅੱਜ ਜਿਹੜਾ ਰੋਕੋ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ, ਇਹ ਕਿਸ ਵੇਸ 'ਤੇ ਤੁਸੀਂ ਲਗਾਇਆ? ਦੇਖੋ ਜੀ, ਤਾਂ ਸਾਰੇ ਪਿੰਡ ਵਾਸੀਆਂ ਨੂੰ ਪਤਾ ਹੀ ਆ ਵੀ ਕਿਸ ਕਰਕੇ ਲਗਾਇਆ। ਅਸੀਂ ਜਾਂ ਕੋਈ ਵੀ ਕੰਮ ਹੈ ਤਾਂ ਜਾਂਦੇ ਰਾਜ ਭਰਾਵਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਅਤੇ ਕੋਈ ਵੀ ਹਰ ਭਾਈ ਜੋ ਕੋਈ ਭੈਣ ਭਰਾ ਸੁਣਦਾ ਆ, ਹਰ ਇੱਕ ਨੂੰ ਚਾਹੀਦਾ ਇੱਦਾਂ ਦੇ ਕੋਈ ਨਾ ਕੋਈ ਉਪਰਾਲਾ, ਕਿਉਂਕਿ ਅੱਜ ਕੱਲ੍ਹ ਪਾਣੀ ਖਰਾਬ ਹੋਣ ਦੇ ਨਾਲ ਕੈਂਸਰ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਗਈਆਂ। ਇਸ ਕੈਂਪ ਦੇ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਦੀ ਬਿਮਾਰੀ, ਕੋਈ ਵੀ ਚੱਕਰ ਦੇ ਬਿਮਾਰੀਆਂ, ਅਤੇ ਖਾਸ ਕਰਕੇ ਕੈਂਸਰ, ਮੈਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਸਾਰੇ ਇਹਨਾਂ ਦੇ ਭਰਾਵਾਂ ਨੂੰ। ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਸ਼ੱਕ ਲਗਾਉਣ, ਸਾਲ ਬਾਅਦ ਜਾਂ 2 ਸਾਲ। ਸਰ ਜੀ, ਜੋ ਤੁਸੀਂ ਇਹ ਰੋਕੋ ਕੈਂਸਰਾਂ 'ਚ ਕੈਂਪ ਲਗਾਇਆ, ਉਹ ਤੁਹਾਡਾ ਕਿੰਨਵਾਂ ਕੈਂਪ ਆ, ਪਹਿਲਾਂ ਆ ਜਾਂ ਕਿੰਨਵਾਂ? ਅਜੇ ਜੀ ਸਾਡੇ ਇਸ ਏਰੀਏ ਵਿੱਚ, ਸਾਡੇ ਪਿੰਡ ਦੇ ਵਿੱਚ ਤਾਂ ਪਹਿਲਾਂ ਕੈਂਪ। ਅਸੀਂ ਕੋਸ਼ਿਸ਼ ਕਰਾਂਗੇ ਗਾਹਾਂ ਵੀ ਇਸੇ ਤਰ੍ਹਾਂ ਹੀ ਕੰਮ ਚਾਲੂ ਰੱਖਣ ਦੀ, ਵੀ 1-2 ਸਾਲ ਇੱਦਾਂ ਲੱਗਦੇ। ਸਾਰੇ ਇਲਾਕੇ ਦੇ ਜੋ ਭੈਣ ਭਰਾ ਸਾਰੇ ਚੈੱਕਅਪ ਹੁੰਦੇ ਰਹਿਣ, ਅਤੇ ਗਾਹਾਂ ਵਾਸਤੇ ਬਿਮਾਰੀਆਂ ਦਾ ਪਤਾ ਲੱਗ ਜਾ, ਫਿਰ ਕੰਟਰੋਲ ਹੋ ਜਾਂਦਾ। ਜਦੋਂ ਵੱਧ ਜਾਂਦੀਆਂ ਫਿਰ ਬੜਾ ਮੁਸ਼ਕਿਲ। ਸੋ ਮੇਰੇ ਸੱਜੇ ਪਾਸੇ ਇਸ ਨਗਰ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਉੱਪਲ ਬੈਠੇ ਨੇ। ਸੋ ਆਓ ਇਹਨਾਂ ਤੋਂ ਪੁੱਛਦੇ ਹਾਂ ਵੀ ਸਰਦਾਰ ਪਿਆਰਾ ਸਿੰਘ ਜੀ, ਜਿਹਨਾਂ ਨੇ ਕੈਂਪ ਲਗਾਇਆ, ਵੀ ਕਿਹੋ ਜਿਹਾ ਇਨਸਾਨ ਹੈ? ਪਿਆਰਾ ਸਿੰਘ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਕੈਂਸਰ ਰੋਕੂ ਕੈਂਪ ਪਿੰਡ ਵਿੱਚ ਲਗਾਇਆ ਗਿਆ। ਇਹਦਾ ਲਾਭ ਬਹੁਤ ਪਾਤਰ ਹੈ, ਬਹੁਤ ਬੰਦਿਆਂ ਨੇ ਲਿਆ, ਆਪਣੀ ਬਿਮਾਰੀਆਂ ਚੈੱਕ ਕਰਾਉਂਦੇ ਹਨ, ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ, ECG ਵੀ ਕੀਤੀ ਜਾਂਦੀ ਹੈ। ਅਤੇ ਅਸੀਂ ਹਰੇਕ ਵੀਰ ਭਰਾ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਪਿੰਡ ਦੇ ਕੰਮ ਵਾਸਤੇ ਕੋਈ ਵੀ ਰਹਿਣਾਰੀ ਵੀਰ ਹੈ, ਉੱਦਾਂ ਤਾਂ ਬਹੁਤ ਸਮੇਂ ਸਿਰ ਸਹਿਯੋਗ ਦਿੰਦੇ ਰਹਿੰਦੇ ਹਨ, ਫਿਰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਗਾਹਾਂ ਤੋਂ ਵੀ ਇਸ ਤਰ੍ਹਾਂ ਸਹਿਯੋਗ ਦਿੰਦੇ ਰਹਿਣ।
ਸੁਮੇਰੇ ਸੱਜੇ ਪਾਸੇ ਪਿੰਡ ਦੇ ਮੌਜੂਦਾ ਸਰਪੰਚ ਜੋਗਿੰਦਰ ਸਿੰਘ ਜੀ ਗੋਗੀ ਬੈਠੇ ਨੇ। ਸੋ ਆਓ ਇਹਨਾਂ ਤੋਂ ਆਪਾਂ ਸੰਦੇਸ਼ ਕੁਝ ਪੁੱਛਣੇ ਚਾਹੁੰਦੇ ਹਾਂ। ਸੋ ਮੈਂ ਸਰਪੰਚ ਪਿੰਡ ਪ੍ਰਕਾਸ਼ ਦਾ ਜੋਗਿੰਦਰ ਸਿੰਘ ਗੋਗੀ, ਜੋ ਕਿ ਆਪਣੇ ਨਗਰ ਦੇ ਵਿੱਚ ਪੰਜਗੀਰ ਦੇ ਵਿੱਚ ਕੈਂਸਰ ਰੋਕੂ ਕੈਂਪ ਲਗਾਇਆ ਗਿਆ, ਇਹਦਾ ਬਹੁਤ ਹੀ ਸਾਡੇ ਪਿੰਡ ਵਾਸੀਆਂ ਨੂੰ ਅਤੇ ਆਲੇ ਦੁਆਲੇ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ। ਔਰ ਅਸੀਂ ਅੱਗੇ ਤੋਂ ਵੀ ਚਾਹੁੰਦੇ ਹਾਂ, ਜਿੱਦਾਂ ਸਰਦਾਰ ਪਿਆਰਾ ਸਿੰਘ ਜੀ ਇੰਗਲੈਂਡ ਤੋਂ ਆ ਕੇ ਇੱਦਾਂ ਦੇ ਕੰਮ ਕਰਵਾਉਂਦੇ, ਕੈਂਪ ਲਗਵਾਇਆ ਗਾਂਹ ਵੀ ਪਿੰਡ ਤਰੱਕੀ ਵਾਸਤੇ, ਜਾਂ ਜਿਸ ਤਰ੍ਹਾਂ ਆਪਾਂ ਨੂੰ ਪਤਾ ਆ ਕਿ ਆਪਣੀ ਜਿਹੜੀ ਯੰਗ ਜਨਰੇਸ਼ਨ ਹੈ ਇਸ ਟਾਈਮ ਬਹੁਤ ਨਸ਼ਿਆਂ ਦੇ ਵਿੱਚ ਪੀੜਤ ਹੋ ਰਹੀ ਆ, ਜੇ ਆਪਾਂ ਇੱਦਾਂ ਦੇ ਕੰਮ ਕਰਾਂਗੇ, ਇੱਦਾਂ ਦੇ ਕੈਂਪ ਲਗਾਵਾਂਗੇ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਇੱਕ ਵਧੀਆ ਸੇਧ ਦਿੱਤੀ ਜਾਂਦੀ ਆ। ਔਰ ਅੱਗੇ ਤੋਂ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਸਾਡੇ ਜਿੰਨੇ NRI ਭਰਾ ਆ, ਵੱਧ ਤੋਂ ਵੱਧ ਸਾਡੇ ਪਿੰਡਾਂ ਦੇ ਵਿੱਚ ਕੈਂਪ ਲਵਾਉਣ, ਸਪੋਰਟਸ ਦੇ ਲਵਾਉਣ ਜਾਂ ਕੈਂਸਰ ਦੇ ਲਵਾਉਣ, ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਆਉਣ ਵਾਲੀ ਬਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਸੋਨ ਲਾਲ ਨੇਮੀ ਉਪਜਗੀਰ ਦੇ ਵਿੱਚ ਤਕਰੀਬਨ 30 ਸਾਲ ਤੋਂ ਪ੍ਰੈਕਟਿਸ ਕਰ ਰਿਹਾ। ਅੱਜ ਜੋ ਉਪਰਾਲਾ ਸਰਦਾਰ ਪਿਆਰਾ ਸਿੰਘ ਮਾਨੋ ਜੀ ਉਹਨਾਂ ਨੇ ਕੀਤਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਤੁਸੀਂ ਇਹਨਾਂ ਨੂੰ ਬਹੁਤ ਹੀ ਇਸ ਸ਼ਲਾਘਾਯੋਗ ਕੰਮ ਬਾਰੇ ਬਹੁਤ ਹੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਜਿਹੜਾ ਰੈਪੋ ਕੈਂਸਰ ਵਾਲਿਆਂ ਨਾਲ ਕੰਟੈਕਟ ਕਰਕੇ ਸਾਡੇ ਪਿੰਡ ਦੇ ਵਿੱਚ ਕੈਂਪ ਲਵਾਇਆ ਹੈ, ਇਸ ਤੋਂ ਬਹੁਤ ਸਾਰੇ ਮਰੀਜ਼ਾਂ ਨੂੰ, ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਲਾਭ ਹੋਊਗਾ। ਜੋ ਗਰੀਬ ਪੇਸ਼ੈਂਟ ਹੈ, ਬਾਹਰ ਨਹੀਂ ਜਾ ਸਕਦੇ, ਅੱਜ ਕੱਲ੍ਹ ਟੈਸਟਾਂ 'ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਆ, ਉਹਨਾਂ ਨੂੰ ਇਸ ਕੈਂਪ ਦਾ ਬਹੁਤ ਹੀ ਲਾਹਾ ਪ੍ਰਾਪਤ ਹੋਵੇਗਾ। ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਜੋ ਵੀ NRI ਭਰਾ ਹਨ, ਵੱਧ ਤੋਂ ਵੱਧ ਚੜ੍ਹ ਕੇ ਹੋਰ ਵੀ ਅੱਖਾਂ ਦੇ ਕੈਂਪ, ਜਿੱਦਾਂ ਕਿ ਪਾਣੀ ਖਰਾਬ ਹੋ ਰਿਹਾ, ਕਾਫੀ ਬਿਮਾਰੀਆਂ ਲੱਗ ਰਹੀਆਂ ਹਨ, ਪੇਟ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ, ਵੱਖਰੇ ਵੱਖਰੇ ਡਾਕਟਰ ਪਿੰਡ ਦੇ ਵਿੱਚ ਬੁਲਾ ਕੇ ਵੱਖਰੇ ਵੱਖਰੇ ਕੈਂਪ ਜੋ ਹਿਰਨ ਉਹ ਲਗਾਉਣ, ਤਾਂ ਕਿ ਸਾਡੇ ਪਿੰਡ ਨੂੰ, ਸਾਡੇ ਏਰੀਏ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇ। ਔਰ ਭਰੂਣ ਹੱਤਿਆ ਬਾਰੇ ਸਾਡੀਆਂ ਪੰਚਾਇਤਾਂ ਬਹੁਤ ਸਰਗਰਮ ਹਨ, ਇਸ ਕੰਮ ਬਾਰੇ ਵੀ ਸਾਰੀਆਂ ਪੰਚਾਇਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਹਨ। ਅੱਗੇ ਤੋਂ ਵੀ ਮੈਂ ਆਸ ਕਰਦਾ ਕਿ ਅਸੀਂ ਇਸ ਕੰਮ ਬਾਰੇ ਵੀ ਬਹੁਤ ਜ਼ਿਆਦਾ ਧਿਆਨ ਦੇਵਾਂਗੇ। ਧੰਨਵਾਦ। ਸੋ ਆਓ ਪਿੰਡ ਵਾਸੀ ਪਰਸ਼ੋਤਮ ਲਾਲ ਜੀ, ਉਹਨਾਂ ਨਾਲ ਵੀ ਆਪਾਂ ਮਿਲ ਕੇ ਕੁਝ ਉਹਨਾਂ ਦੇ ਗੱਲਾਂ ਦਾ ਆਗਾਹ ਕਰੀਏ ਜੀ। ਨਮਸਕਾਰ ਜੀ। ਇਸ ਤਰ੍ਹਾਂ ਹੈ ਕਿ ਅੱਜ ਇਹ ਜਿਹੜਾ ਕੈਂਸਰ ਰੋਕੋ ਕੈਂਪ ਲਗਾਇਆ ਜਾ ਰਿਹਾ, ਲੱਗਿਆ ਕਾਫੀ, ਮਤਲਬ ਕਿ ਪਿੰਡਾਂ ਦੇ ਲੋਕ ਆ ਰਹੇ ਨੇ, ਆਪਣਾ ਚੈੱਕਅਪ ਕਰਵਾ ਰਹੇ ਨੇ, ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ, ਔਰ ਉਸ ਤੋਂ ਬਾਅਦ ਕੈਂਸਰ ਤਾਂ ਹੈ ਹੀ ਹੈ। ਇਹ ਉਪਰਾਲਾ ਜਿਹੜਾ ਸਾਡੇ NRI ਵੀਰ ਬਦਵੰਤੇ ਸਚਿਨ ਸਰਦਾਰ ਪਿਆਰਾ ਸਿੰਘ ਮਾਨੋ ਹੋਰਾਂ ਦੀ ਬਦੌਲਤ ਹੋਇਆ, ਜਿਨ੍ਹਾਂ ਨੇ ਕਿ ਉੱਥੋਂ ਆਪਣਾ ਇੰਗਲੈਂਡ ਦੇ ਵਿੱਚ ਚੱਕਣ ਚੁੱਕ ਕੇ ਉੱਥੇ ਬਾਕੀ ਦੇ NRI ਭਰਾਵਾਂ ਦੀ ਮਦਦ ਦੇ ਨਾਲ ਇਹ ਉਪਰਾਲਾ ਕੀਤਾ ਹੈ। ਇਸ ਤੋਂ ਪਹਿਲਾਂ ਸਾਡੇ ਸਾਬਕਾ ਸਰਪੰਚ ਸਰਦਾਰ ਵੀਰ ਸਿੰਘ ਜੀ ਔਰ ਸਾਡੇ ਮਾਣਯੋਗ ਡਾਕਟਰ ਸੋਮ ਲਾਲ ਜੀ ਆਪਣੇ ਆਪਣੇ ਵਿਊ ਤੁਹਾਨੂੰ ਦੇ ਚੁੱਕੇ ਹੈਗੇ ਨੇ। ਮੇਰਾ ਖਿਆਲ ਹੈ ਕਿ ਮੈਨੂੰ ਜ਼ਿਆਦਾ ਕਹਿੰਦਾ ਅਤੇ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਆ, ਬਾਕੀ ਇਹ ਆ ਕਿ NRI ਭਰਾਵਾਂ ਦੇ ਅੱਗੇ ਇਹ ਬੇਨਤੀ ਜ਼ਰੂਰ ਕੀਤੀ ਜਾਂਦੀ ਆ ਕਿ ਜਿਸ ਤਰ੍ਹਾਂ ਇਹ ਉਪਰਾਲਾ ਕੀਤਾ ਹੈ, ਇਸੇ ਤਰ੍ਹਾਂ ਆਪਣੇ ਪਿੰਡ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ ਨੇ ਜਿਨ੍ਹਾਂ ਵਾਸਤੇ ਵੀ ਉਪਰਾਲੇ ਕੀਤੇ ਜਾਂਦੇ ਨੇ ਔਰ ਅੱਗੇ ਤੋਂ ਇਹ ਇੱਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ। ਸਭ ਤੋਂ ਵੱਡੀ ਚੀਜ਼ ਇਹ ਜੀ ਹੈਗੀ ਆ ਕਿ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਵਾਸਤੇ, ਉਹਨਾਂ ਦੇ ਬਾਰੇ, ਉਹਨਾਂ ਦੀ ਐਜੂਕੇਸ਼ਨ ਦੇ ਬਾਰੇ, ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਦੇ ਬਾਰੇ,
ਇੱਦਾਂ ਦੇ ਵੀ ਸਟੈਪ ਸਾਨੂੰ ਚੁੱਕਣੇ ਚਾਹੀਦੇ ਨੇ, ਇੱਦਾਂ ਦੇ ਕੈਂਪ ਵੀ ਸਾਨੂੰ ਉੱਥੇ ਲਗਾਉਣੇ ਚਾਹੀਦੇ ਨੇ ਜਿੱਥੇ ਕਿ ਆਉਣ ਵਾਲੀ ਸਾਡੇ ਹਿੰਦੁਸਤਾਨ ਦੀ ਨੀਂਹ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀ ਆਪਣੀ ਨੀਂਹ ਮਜ਼ਬੂਤ ਹੋ ਸਕੇ, ਉਹਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕੀਏ, ਅਤੇ ਬਸ ਇੰਨੀਆਂ ਗੱਲਾਂ ਕਹਿੰਦਾ ਹੋਇਆ। Yeah, yeah, yeah.